ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੇ ਵੀ ਦੱਸਿਆ ਸੀ ਅੱਜ ਬੜਾ ਸਪੈਸ਼ਲ ਐਪੀਸੋਡ ਹੈ, ਸੋ ਪਲੀਜ਼ ਮੇਰੇ ਨਾਲ ਰਲ ਕੇ ਸਵਾਗਤ ਕਰੋ ਦੋ ਬੜੇ ਸਪੈਸ਼ਲ ਗੈਸਟ ਦੇ। ਇੱਕ ਇੱਥੇ ਹੈਗੇ ਨੇ ਸ਼ੈਰਨ ਖੁਨਖੁਨ, ਅਟਰਨੀ ਫਰੋਮ US, ਸਾਡੀ ਆਪਣੀ, ਬੜੀ ਪਹਿਲੇ ਵੀ ਤੁਹਾਡੇ ਨਾਲ ਮੁਲਾਕਾਤ ਕਰਾਈ ਹੋਈ ਹੈ ਮੈਂ ਇਹਦੀ। ਅਤੇ ਨਾਲ ਹੈਗੇ ਨੇ ਸਾਡੇ ਸਪੈਸ਼ਲ ਗੈਸਟ ਹਰਜਾਪ ਜੀ। ਬਹੁਤ ਬਹੁਤ ਜੀ ਆਇਆਂ ਨੂੰ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮਚ ਫੋਰ ਟੇਕਿੰਗ ਆਊਟ ਟਾਈਮ ਫੋਰ ਅਸ। ਥੈਂਕ ਯੂ, ਤੁਹਾਡਾ ਹੀ, ਤੁਸੀਂ ਸਾਨੂੰ ਸੱਦਿਆ। ਸਾਡੇ ਸਾਰੇ ਵਿਊਅਰਸ ਨੂੰ ਤੁਹਾਨੂੰ ਮਿਲ ਕੇ ਆਈ ਐਮ ਸ਼ੋਰ ਬਹੁਤ ਮਜ਼ਾ ਆਏਗਾ, ਕਿਉਂਕਿ ਅਸੀਂ ਤਿੰਨ ਪੰਜਾਬੀ ਇੱਥੇ ਇਕੱਠੇ ਹੋ ਗਏ ਹਾਂ। ਸੋ ਔਰ ਹਰਜਾਪ ਜੀ ਨੂੰ ਤੁਸੀਂ ਸਾਰੇ ਜ਼ਰੂਰ ਜਾਣਦੇ ਹੋਗੇ, ਥੋੜ੍ਹਾ ਜਿਹਾ ਤੁਸੀਂ ਆਪ ਵੀ ਆਪਣੇ ਬਾਰੇ ਦੱਸ ਸਕਦੇ ਹੋ। ਪਰ ਵੀ ਵੈਨ ਵੀ ਮੈਟ ਵੀ ਰਿਅਲਾਈਜ਼ ਕਿ ਅਸੀਂ ਬੜਾ ਕਾਮਨ ਹੈਗਾ, ਸਾਡਾ ਬੜਾ ਕੁਛ ਅਸੀਂ ਕਾਮਨ ਕਰਦੇ ਹਾਂ, ਪਰ ਤੁਸੀਂ ਬੜੇ ਫੇਮਸ ਹੋ ਔਰ ਬੜੀ ਦੁਨੀਆ ਤੁਹਾਨੂੰ ਜਾਣਦੀ ਹੈ। ਸੋ ਦੱਸੋ ਮੈਨੂੰ ਤੁਸੀਂ ਆਪਣਾ ਥੋੜ੍ਹਾ ਜਿਹਾ ਕਿ ਕਿਸ ਤਰ੍ਹਾਂ ਤੁਸੀਂ ਇਹ ਸ਼ੁਰੂਆਤ ਕੀਤੀ ਕਿ ਤੁਸੀਂ ਇੰਨੇ ਪਾਪੂਲਰ ਹੋ ਗਏ ਹੋ। ਮੈਂ ਇਹ ਤਾਂ ਮੈਨੂੰ ਵੀ ਨਹੀਂ ਖੁਦ ਪਤਾ ਕਿ ਮੈਂ ਕਿੱਦਾਂ ਪਾਪੂਲਰ ਹੋ ਗਿਆ, ਬਟ ਸ਼ੁਰੂਆਤ ਇਹ ਕੀਤੀ ਹੈ ਕਿ ਬਚਪਨ ਤੋਂ ਇੱਕੋ ਚੀਜ਼ ਦੱਸੀ ਗਈ ਸੀ ਸਾਨੂੰ ਕਿ ਵਕੀਲ ਬਣਨਾ, ਵਕੀਲ ਬਣਨਾ, ਵਕੀਲ ਬਣਨਾ। ਸਰ ਬਣ ਗਏ, ਖਿੱਚ ਧੂ ਕੇ ਡੈਡੀ ਨੇ ਬਣਾ ਦਿੱਤਾ, ਸਰ ਵਕੀਲ ਬਣ ਗਏ ਜੀ। ਐਂਡ ਓਬਵੀਅਸਲੀ ਮੈਂ ਉੱਥੇ ਜੰਮਿਆ ਪੜਿਆ ਇੰਗਲੈਂਡ ਦੇ ਵਿੱਚ, ਬਟ ਪੰਜਾਬੀ ਮੇਰੀ ਅੱਛੀ ਆ, ਸਰ ਪੰਜਾਬੀ ਬੋਲ ਰਹੀ ਸੀ, ਦੇਸੀ ਪਿੰਡੂਆਂ ਵਾਲੀ ਬੋਲ ਰਹੀ ਸੀ ਪੰਜਾਬੀ। ਉਹਦੇ ਨਾਲ ਜਦੋਂ ਮੈਂ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ, ਸਰ ਬਹੁਤ ਲੋਕਾਂ ਦੇ ਕੇਸ ਆਉਂਦੇ ਸੀ ਮਸਲੇ, ਔਰ ਇੱਕੋ ਹੀ ਕਾਮਨ ਥੀਮ ਸੀ ਕਿ ਅਸੀਂ ਕੱਚੇ ਹਾਂ ਜਾਂ ਅਸੀਂ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ ਜਾਂ ਵੀਜ਼ਾ ਨਹੀਂ ਲੱਗਦਾ ਜਾਂ ਵਿਆਹ ਦਾ ਕੇਸ ਫਸਿਆ ਆ। ਸੋ ਇਮੀਗ੍ਰੇਸ਼ਨ ਦੇ ਵਿੱਚ ਮੈਂ ਟ੍ਰੇਨਿੰਗ ਕੀਤੀ ਐਂਡ ਵਕੀਲ ਬਣ ਗਿਆ। ਜਦ ਤੋਂ ਬਾਅਦ ਜੀ ਬਸ ਆਹੀ ਸੁਣੀ ਜਾਂਦਾ, 15 ਸਾਲ ਹੋ ਗਏ ਕਿਸੇ ਦਾ ਵੀਜ਼ਾ ਨਹੀਂ ਲੱਗਦਾ, ਕਿਸੇ ਕੋਈ ਕੱਚੇ ਹੈ ਜੀ। ਮੇਰਾ ਖਿਆਲ ਮੇਰੀ ਵਕਾਲਤ ਮੁੱਕ ਗਈ, ਕੱਚੇ ਨਹੀਂ ਮੁੱਕੇ। ਸੋ ਇੰਗਲੈਂਡ ਵਿੱਚ ਕਾਫੀ ਪ੍ਰੋਬਲਮ ਹੈ ਇਸ ਚੀਜ਼ ਦੀ, ਵੀ ਹੈਵ ਅ ਕਾਫੀ 1.5 ਲੱਖ ਪਾਪੂਲੇਸ਼ਨ ਸਾਡੀ ਹੈਗੀ, 1.5 ਮਿਲੀਅਨ, 15 ਲੱਖ ਮੇਨ ਸਭ ਲੀਗਲਸ ਆ। ਔਰ ਅਸੀਂ ਹੈਗੇ ਵੀ ਛੋਟਾ ਜਿਹਾ ਮੁਲਕ ਆ, ਟੈਕਸਿਸ ਨਾਲ ਤੋਂ ਛੋਟਾ ਸਾਡਾ, ਤੁਹਾਡਾ ਸਾਡਾ ਮੁਲਕ ਹੈ। ਸੋ ਯਾ, ਵੀ ਹੈਵ ਅ ਪ੍ਰੋਬਲਮਸ ਆ ਐਂਡ ਉਹਨਾਂ ਦੀ ਮਦਦ ਕਰੀ ਦੀ ਆ। ਬਾਕੀ ਜਿਸ ਤਰ੍ਹਾਂ ਤੁਸੀਂ ਸ਼ੋਅ ਕਰਦੇ ਆ ਉਹ ਤਾਂ ਮੈਂ ਕਰਦਾ ਨਹੀਂ, ਪਰ ਜਿਸ ਤਰ੍ਹਾਂ ਜਪ ਜੀ ਤੁਸੀਂ ਉੱਥੇ ਜੰਮਫਲ, ਤੁਸੀਂ ਜੰਮੇ ਵੀ ਉੱਥੇ, ਹਾਂਜੀ। ਸੋ ਇਹ ਜਿਹੜਾ ਆਪਣਿਆਂ ਦਾ, ਪੰਜਾਬੀਆਂ ਦਾ ਦਰਦ ਮਹਿਸੂਸ ਲੱਗਦਾ ਹੈ ਕਿ ਤੁਸੀਂ ਕਰਦੇ ਹੋ ਕਿ ਹਾਂ, ਨਹੀਂ ਤਾਂ ਹੋਰ ਵੀ ਅਟਰਨੀਜ਼ ਨੇ, ਦੇ ਵਿਲ ਜਸਟ ਫਿਲ ਦੇਅਰ ਓਨ ਪੋਕਿਟਸ ਐਂਡ ਜਸਟ ਗੋ, ਯੂ ਨੋ, ਕਿਉਂਕਿ ਉਹਨਾਂ ਦੇ, ਬਟ ਤੁਸੀਂ, ਤੁਹਾਡੇ ਸ਼ੋਅ ਤੋਂ ਲੱਗਦਾ ਹੈ ਤੁਹਾਡੇ, ਤੁਸੀਂ ਮਹਿਸੂਸ ਕਰਦੇ ਹੋ ਉਹਨਾਂ ਦਾ ਦਰਦ, ਔਰ ਯੂ ਨੋ ਦ ਵੇ ਦੇ ਗੋ ਥਰੂ ਦ ਸਟਰਗਲਸ, ਦ ਡੈਸਪਰੇਸ਼ਨ ਬਿਹਾਈਂਡ। ਸੋ ਉਹਦੇ ਵਿੱਚ ਤੁਸੀਂ, ਮੈਂ, ਮੇਰੇ ਮੰਮੀ ਡੈਡੀ ਖੁਦ ਇਮੀਗ੍ਰੈਂਟਸ ਆ, ਸੋ ਖੁਦ ਅਸੀਂ ਉਹਨਾਂ ਦੀ ਸਟਰਗਲ ਦੇਖੀ ਜਦੋਂ ਅਸੀਂ ਗਰੋ ਅਪ ਕਰਦੇ ਸੀਗੇ। ਦੂਜੀ ਗੱਲ ਇਹ ਕਿ ਜਦੋਂ ਮੈਂ ਟ੍ਰੇਨਿੰਗ ਕਰਦਾ ਸੀ ਵਕੀਲ ਬਣਨ ਦੀ, ਤਾਂ ਮੈਂ ਫਿਰ ਸਾਲ ਬਾਹਰ ਘਰੋਂ ਰਿਹਾ, ਤਾਂ ਮੈਨੂੰ ਰਹਿਣਾ ਫਿਰ ਕੱਚਿਆਂ ਨਾਲ ਪਿਆ, ਤਾਂ ਮੈਂ ਕੱਚਿਆਂ ਨਾਲ ਰਿਹਾ। ਰੋਜ਼ ਉਹਨਾਂ ਦੀ ਦੇਖਣੇ ਦਰਦ ਕੀ ਆ, ਦਿਹਾੜੀ ਲਾਉਂਦੇ ਆ, ਕਿੱਦਾਂ ਪੈਸੇ ਭੇਜਦੇ ਆ, ਫੋਨ 'ਤੇ ਗੱਲ ਕਿੱਦਾਂ ਕਰਨੀ। ਕੋਈ ਕਿਸੇ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ, ਕੋਈ ਕਿਸੇ ਨੇ ਆਪਣੇ ਬੱਚੇ ਨਹੀਂ ਦੇਖੇ ਸੀ 10-10, 15-15 ਸਾਲ। ਉਸ ਵੇਲੇ ਤਾਂ ਵਟਸਐਪ ਵਗੈਰਾ, ਆਈਫੋਨ ਵਗੈਰਾ ਵੀ ਨਹੀਂ ਹੁੰਦੇ ਸੀ, ਹੈ ਨਾ, ਜਿਹਦੇ ਵਿੱਚ ਅਸੀਂ ਦੇਖ ਸਕਦੇ ਸੀਗੇ। ਸੋ ਆਹ ਚੀਜ਼ਾਂ ਮੈਂ ਥੋੜ੍ਹੇ, ਮੇਰੇ ਦਿਲ ਨੂੰ ਲੱਗਿਆ ਕਿ ਦੇਖੋ ਅਸੀਂ ਐਜ਼ ਅ ਕੌਮ ਕੀ ਕਰ ਰਹੇ ਹਾਂ, ਹੈ ਨਾ। ਅਸੀਂ ਆਪਣਾ ਇੰਨਾ ਦੂਰ ਰਹਿੰਦੇ ਆਪਣੇ ਫੈਮਲੀਆਂ ਤੋਂ ਪੈਸੇ ਕਮਾਉਣ ਲਈ, ਅਸੀਂ ਜ਼ਿੰਦਗੀਆਂ ਇੱਥੇ ਬਰਬਾਦ ਕਰ ਰਹੇ ਹਾਂ ਜਾਂ ਵੇਸਟ ਕੀਤਾ, ਜਾਂ ਕੋਈ ਸਲਿਊਸ਼ਨ ਨਹੀਂ ਹੈਗਾ। ਔਰ ਜਦੋਂ ਮੈਂ ਪੁੱਛਦਾ ਹੁੰਦਾ ਸੀ ਇਹਨਾਂ ਨੂੰ ਕਿ ਵਾਈ ਯੂ ਹੇਅਰ, ਐਂਡ ਆਮ ਸ਼ੋਰ ਸ਼ੈਰਨ ਵਿਲ ਅਗਰੀ, ਹੈ ਨਾ, ਕੌਮਨ ਥਿੰਗ, ਕਿ ਤੁਸੀਂ ਇੱਦਾਂ ਕੱਚੇ ਤਰੀਕੇ ਨਾਲ ਕਿਉਂ ਆਏ, ਜਾਂ ਬਾਰਡਰ ਟੱਪ ਕੇ ਕਿਉਂ ਆਏ, ਜਾਂ ਲੋਰੀਆਂ 'ਚ ਬਹਿ ਕੇ ਕਿਉਂ ਆਏ। ਭਾਈ ਹੋਰ ਕੋਈ ਤਰੀਕਾ ਨਹੀਂ ਪਤਾ ਸੀ, ਅਨਪੜ੍ਹ ਤਾਂ, ਸਾਨੂੰ ਕੁਛ ਪਤਾ ਹੀ ਨਹੀਂ, ਜਿੱਦਾਂ ਅੱਗੇ ਗਏ ਉੱਦਾਂ ਹੀ ਅਸੀਂ ਆ ਗਏ, ਹੁਣ ਅਸੀਂ ਪਛਤਾਉਂਦੇ ਹਾਂ। ਬਟ ਸਰ ਦੇਅਰ ਫੋਰ ਆਈ ਟੁੱਕ ਇਟ ਔਨ ਮਾਈ ਸੈਲਫ, ਟੁੱਕ ਇਟ ਔਨ ਮਾਈ ਸੈਲਫ, ਮੈਂ ਇਹੀ ਸੋਚਿਆ ਕਿ ਦੇਖੋ ਜਿਹੜੀ ਐਜੂਕੇਸ਼ਨ ਲੈਕਿੰਗ ਆ, ਅਸੀਂ ਕਿਉਂ ਨਾ ਲੋਕਾਂ ਨੂੰ ਐਜੂਕੇਟ ਕਰੀਏ ਵਾਇਆ TV ਐਂਡ ਵਾਇਆ YouTube ਐਂਡ ਯੂ ਡੂ ਦਾ ਸੇਮ ਥਿੰਗ, ਐਗਜੈਕਟਲੀ ਦਾ ਸੇਮ ਥਿੰਗ ਜਿੱਦਾਂ ਤੁਸੀਂ ਕਰਦੇ ਆ। ਤੁਹਾਡਾ ਪ੍ਰੋਗਰਾਮ ਵੀ ਕਿੰਨੇ ਲੱਖਾਂ ਨੂੰ ਐਜੂਕੇਟ ਕਰ ਰਿਹਾ ਐਂਡ ਅਬਾਊਟ ਡਿਫਰੈਂਟ ਟੋਪਿਕਸ, ਐਂਡ ਦੈਟਸ ਵਾਟ ਵੀ ਡੂ। ਐਂਡ ਮੇਰਾ ਥੋੜ੍ਹਾ ਇਹ ਹੁੰਦਾ ਕਿ ਅਸੀਂ ਥੋੜ੍ਹਾ ਸ਼ੁਕਰ ਮੇਲਾ ਛੱਡ ਦਈਦਾ, ਕਿ ਹੁਣ ਬੰਦੇ ਥੱਕ ਹਾਰ ਕੇ ਕੰਮ ਤੋਂ ਆਇਆ ਹੁੰਦਾ, ਉਹ ਕਹਿੰਦੇ ਯਾਰ ਇਹ ਰੋਣ ਲੱਗ ਪਏ, ਚਲੋ ਚੈਨਲ ਬੰਦ ਕਰੀਏ, ਤਾਂ ਉਹ ਥੋੜ੍ਹੇ ਜਿਹਾ ਲਾਈਟ ਹਾਰਟਲੀ ਕਰ ਲਈ। ਐਂਡ ਆਈ ਐਗਰੀ, ਕਿਉਂਕਿ ਸਾਡੀ ਜਿਹੜੀਆਂ ਇਮੀਗ੍ਰੇਸ਼ਨ ਸਟੋਰੀਜ਼ ਹੈਗੀਆਂ, ਐਂਡ ਸ਼ੈਰਨ ਵੁੱਡ ਐਗਰੀ, ਜੋ ਸਾਨੂੰ ਸੁਣਨ ਆ, ਜਿਹੜੇ ਸਾਡੇ ਕੰਨਾਂ ਤੱਕ ਪਹੁੰਚਦੀਆਂ, ਉਹ ਵੀ ਕਈ ਬਹੁਤ ਸੈਡ ਹੈ, ਯੂ ਨੋ, ਅਨਬਿਲੀਵੇਬਲ। ਜਿਵੇਂ ਕਈ ਚੀਜ਼ਾਂ ਹੁੰਦੀਆਂ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਇਟਸ
worse than fiction. You know, ਤੁਸੀਂ story ਨਹੀਂ ਲਿਖ ਸਕਦੇ ਉਹਦੀ, ਔਰ facts ਉਨੇ unbelievable ਹੁੰਦੇ ਆ. So ਇਹ ਦੋਨੋਂ ਪਾਸੇ ਜੋ ਹੈਗਾ ਤੁਸੀਂ ਕੀ ਕਹਿੰਦੇ ਹੋ, like since ਤੁਹਾਡਾ ਜਲੰਧਰ ਵੀ ਹੈਗਾ ਹੈ, you know, you based in India. So ਤੁਹਾਨੂੰ ਕੀ ਲੱਗਦਾ ਜ਼ਿਆਦਾ ਟ੍ਰੈਂਡ ਕਿੱਥੇ ਹੈਗਾ ਪੰਜਾਬ ਵਾਲਿਆਂ ਦਾ, UK ਵਾਲੇ ਪਾਸੇ ਜਾਂ ਤੁਹਾਨੂੰ ਨੀ ਲੱਗਦਾ ਕਿ ਇੰਡੀਆ ਦੀ ਕਿੰਨੀ ਦੇਰ ਤੋਂ ਅਸੀਂ ਸਟੋਰੀ ਸੁਣ ਰਹੇ ਹਾਂ ਕਿ ਇਟਸ ਰੀਅਲੀ ਡੂਇੰਗ ਵੈਰੀ ਵੈਲ, ਬਟ ਪੰਜਾਬ ਦਾ ਉਹ ਹਾਲ ਨਹੀਂ ਸੁਣ ਰਹੇ? ਸੋ ਇਹ ਖਾਸ ਤੌਰ 'ਤੇ ਅੱਜ ਕੱਲ੍ਹ, ਵੈਸੇ ਇੰਡੀਆ ਤੋਂ ਸਾਰੇ ਪਾਸੋਂ ਲੋਕ ਆਉਂਦੇ ਆ, ਬਟ ਪੰਜਾਬ ਤੋਂ ਅਸੀਂ, ਕਿਉਂਕਿ ਅਸੀਂ ਵਿਚਰਦੇ ਹਾਂ ਉਹਨਾਂ ਨਾਲ, ਅਤੇ ਪੰਜਾਬ ਤੋਂ ਇੰਨੀ ਡੈਸਪਰੇਸ਼ਨ ਕਿਉਂ ਹੈ ਕਿ ਔਖੇ ਹੋ ਕੇ ਵੀ ਆਉਣ ਨੂੰ ਤਿਆਰ ਹੈ, ਇੱਥੇ ਔਖੇ ਹੋ ਕੇ ਰਹਿਣ ਨੂੰ ਵੀ ਤਿਆਰ ਨੇ? ਆਈ ਥਿੰਕ ਇਸ ਅ ਫਿਊ ਰੀਜ਼ਨਸ. ਇੱਕ ਤਾਂ ਭੇਡ ਚਾਲ ਬਹੁਤ ਹੈ, ਸੋ ਲੋਕ ਜਦੋਂ ਅਸੀਂ ਬਾਹਰੋਂ ਜਾਂਦੇ ਹਾਂ ਜੀ, ਤਾਂ ਜੀ ਜੀ ਅਸੀਂ ਭਾਵਾਂ ਇੱਥੇ ਅਸੀਂ ਵੈਲਫੇਅਰ 'ਤੇ ਹੋਈਏ, ਅਸੀਂ ਇੰਨਾ ਸੋਨਾ ਪਾ ਕੇ ਜਾਂਦੇ ਹਾਂ, ਜਿੱਦਾਂ ਅਸੀਂ ਕੋਈ ਪੰਜਾਬੀ ਕਲਾਕਾਰ ਹੁੰਦੇ ਹਾਂ ਨਾ, ਚੈਨੀਆਂ ਪਾ ਕੇ ਉੱਥੇ ਗੱਪ ਇੰਨੀ ਮਾਰਦੇ ਹਾਂ ਕਿ ਜੀ ਸਾਡੇ ਤਾਂ ਜੀ ਜਹਾਜ਼ ਚੱਲਦੇ ਆ, ਅਤੇ ਸਾਡੇ ਤਾਂ ਜੀ ਆਹ ਚੱਲਦਾ ਜਾਂ ਆਹ ਨਹੀਂ ਰਿਹਾ. ਸੋ ਦੂਜੇ ਦੇਖ ਕੇ ਉਸ ਦੇਖਦੇ ਕਿ ਆਪ ਦੇਖਦੇ ਕਿ ਆਹ ਗਿਆਨੋਂ ਆਹ 5 ਸਾਲ ਪਹਿਲਾਂ ਗਈ ਸੀਗੀ, ਹੁਣ ਦੇਖ ਕਿੰਨਾ ਸੋਹਣਾ ਲੱਗ ਕੇ ਆਈ, ਕੋਠੀ ਵੀ ਪਾ ਲਈ, ਅਸੀਂ ਕਿਉਂ ਨਹੀਂ ਪਾ ਸਕਦੇ, ਪੜ੍ਹੀ ਵੀ ਲਿਖੀ ਹੋ ਬਣੀ. ਸੋ ਦੈਟ ਅਸੀਂ ਐਜ ਅ ਕੌਮ ਅਸੀਂ ਇੱਕ ਦੂਜੇ ਨੂੰ ਖਿੱਚ ਰਹੇ ਹਾਂ, ਐਂਡ ਉਹ ਫਿਰ ਇੱਦਾਂ ਚੇਂਜ ਹੀ ਚੱਲਦੀ ਆ, ਐਂਡ ਦੈਟਸ ਵੋਟ ਵੀ ਡੂ, ਕਿ ਅਸੀਂ ਉਹ ਭੇਡ ਚਾਲ ਦੇ ਵਿੱਚ. ਹੁਣ ਮੈਂ ਕੈਨੇਡਾ ਗਿਆ, ਕੈਨੇਡਾ ਵੀ ਹੁਣ ਥੋੜ੍ਹਾ ਮੈਂ ਦੇਖਿਆ, ਇਟਸ ਅ ਬਿਟ ਡਿਫਰੈਂਟ ਫਰੋਮ ਦੀ ਯੂਕੇ. ਉੱਥੇ ਕੰਪਟੀਸ਼ਨ ਬਹੁਤ ਆ. ਸੋ ਜੇ ਅਰਵਿੰਦ ਜੀ ਨੇ 4 ਬੈਡਰੂਮ ਵਾਲਾ ਘਰ ਲੈ ਲਿਆ, ਹਰਜਾਪ ਨੇ 5 ਬੈਡਰੂਮ ਵਾਲਾ ਘਰ ਲੈਣਾ, ਸ਼ਰਨ ਨੇ 6 ਬੈਡਰੂਮ ਵਾਲਾ ਘਰ ਲੈਣਾ, ਫਿਰ ਜੇ ਤੁਸੀਂ ਜੀ ਕਾਰ ਲੈ ਲਈ ਵਧੀਆ, ਫਿਰ ਤੁਸੀਂ ਮਰਸੀਡੀਜ਼ ਲੈ ਲਈ, ਫਿਰ ਮੈਂ ਪੋਰਸ ਲੈਣੀ ਆ, ਅਤੇ ਸ਼ਰਨ ਤਾਂ ਫਿਰ ਹੈਲੀਕਾਪਟਰ ਹੀ ਲਓ. ਸੋ ਅਸੀਂ ਉਹ ਯਾਨੀ ਕੰਪਟੀਸ਼ਨ ਐਜ਼ ਅ, ਅਸੀਂ ਇੱਕ ਦੂਜੇ ਨੂੰ ਐਜ਼ ਅ ਕੌਮ ਕੰਪਟੀਸ਼ਨ ਵੈਰੀ ਵੈਰੀ ਬਿਗ, ਐਂਡ ਉਹਦੇ ਨਾਲ ਨਾਲ ਕਿੰਨੀਆਂ ਹੋਰ ਕ੍ਰਾਈਮ, ਯੂ ਨੋ, ਸਭ ਕੁਝ ਐਸੋਸੀਏਟ ਹੋ ਜਾਂਦਾ, ਬਿਕੋਜ਼ ਸਿੱਧੇ ਰਸਤੇ ਤਾਂ ਬਣਨਾ ਨਹੀਂ, ਫਿਰ ਅਸੀਂ ਲੱਭਣੇ ਸਿੱਧੇ ਰਸਤੇ ਤਾਂ ਨਹੀਂ ਲੱਭਣੇ, ਕਿਉਂਕਿ ਕੈਪੇਬਿਲਿਟੀ ਨਹੀਂ ਅਸੀਂ ਬਣਾਉਂਦੇ ਹਾਂ, ਕਿਉਂਕਿ ਲੋਕ ਤਾਂ ਚਾਹੁੰਦੇ ਆ ਕਿ ਅਸੀਂ ਜੰਮੀਏ ਪਾਸਪੋਰਟ ਦੇ ਨਾਲ, ਹੈ ਨਾ, ਕਿ ਸਾਨੂੰ ਦੁੱਧ ਬਾਅਦ 'ਚ ਮੰਮੀ ਪਿਲਾਵੇ, ਪਹਿਲਾਂ ਪਾਸਪੋਰਟ ਫੜਾ ਦੇਵੇ ਲਾਲ ਵਾਲਾ ਜਾਂ ਜਿਹੜਾ ਤੁਹਾਡਾ ਨੀਲਾ ਜਿਹਾ ਆਉਂਦਾ, ਲੋਕ ਇਹ ਚਾਹੁੰਦੇ ਆ. ਸੋ ਬਟ ਉਹਦੇ ਲਈ ਜੋ ਪਾਸਪੋਰਟ ਲਈ ਪ੍ਰਾਪਤੀਆਂ ਕਰਨੀਆਂ ਪੈਂਦੀਆਂ, ਮਤਲਬ ਕਿ ਇੰਗਲਿਸ਼ ਸਿੱਖਣੀ. ਸੋ ਲੋਟ ਆਫ ਮਾਈ ਕਲਾਇੰਟਸ, ਹੈ ਨਾ, ਮੈਂ ਉਹਨਾਂ ਨੂੰ ਕਹਿੰਦਾ ਥੱਕ ਗਿਆ ਕਿ ਹਾਂਜੀ ਕਿ ਤੁਸੀਂ ਅੰਗਰੇਜ਼ੀ ਸਿੱਖ ਲਓ, ਅੰਗਰੇਜ਼ੀ ਸਿੱਖ ਲਓ, ਅੰਗਰੇਜ਼ੀ ਸਿੱਖ ਲਓ. ਅੰਗਰੇਜ਼ੀ ਨਹੀਂ ਸਿੱਖੋਗੇ, ਇੰਗਲੈਂਡ ਕੱਚੇ ਆ ਕੇ ਫਿਰ ਬਾਅਦ 'ਚ ਕੋਈ ਵਿਆਹ ਕਰਨ ਦੀ ਕੋਸ਼ਿਸ਼ ਕਰੂਗਾ, ਕੋਈ ਪੋਲਿਸ਼ ਲੜਕੀ ਨਾ, ਕੋਈ ਲੈਟਵੀਅਨ ਨਾ, ਲਿਥੁਆਨੀ ਨਾ, ਫਿਰ ਮੈਂ ਦੇਖ ਲਿਆ ਕਿ ਪੋਲਿਸ਼ ਸਿੱਖ ਲੈਂਦੇ ਆ, ਤਾਂ ਮੈਂ ਕਿਹਾ ਇਹਨਾਂ ਨੂੰ ਅੰਗਰੇਜ਼ੀ ਸਿੱਖਣੀ ਚੰਗੀ ਸੀ. ਸੋ ਉਹ ਕਹਿੰਦੇ ਉਹ ਨਹੀਂ ਤੁਸੀਂ ਸਿੱਖਣੀ, ਮਤਲਬ ਜਿਹੜੀ ਨੈਚੁਰਲ ਲੈਂਗੁਏਜ ਇੰਡੀਅਨਸ ਨੂੰ ਆ ਸਕਦੀ ਹੈ, ਜਿਹੜੀ ਲੋੜ ਹੈਗੀ ਤੁਹਾਨੂੰ. ਸੋ ਨਾ ਕੋਈ ਕੈਪੇਬਿਲਿਟੀ ਹੋਣੀ ਆ, ਨਾ ਕੋਈ ਤੁਹਾਡੇ ਕੋਈ ਸਕਿੱਲ ਜਾਂ ਟ੍ਰੇਡ ਹੈਗਾ ਆ, ਤਾਂ ਫਿਰ ਇੱਥੇ ਆ ਕੇ ਤੁਸੀਂ ਫਿਰ ਲੇਬਰ ਜੋਬਸ ਹੀ ਕਰਨੀਆਂ, ਲੋਅ ਸਕਿੱਲ ਜੋਬਸ ਹੀ ਕਰਨੀਆਂ, ਜੋ ਆਮ ਤੌਰ ਲੋਕ ਕਰਦੇ. ਕਿਸੇ ਕਿਸੇ ਦੀ ਕਿਸਮਤ ਲੜ ਜਾਂਦੀ ਆ, ਬਟ ਸ਼ੁਰੂ ਤੋਂ ਸਾਰੇ ਉੱਥੋਂ ਹੀ ਹੁੰਦੇ ਆ, ਉਹਨੇ ਤਾਂ ਹੈ ਨਹੀਂ ਕਿ ਆਉਂਦਿਆਂ ਨੂੰ ਕੋਈ ਬਿਲ ਕਲਿੰਟਨ ਦਾ PA ਬਣ ਜਾਂਦਾ, ਇੱਥੇ ਹੀ ਪਤਾ ਕਿ ਭਾਂਡਿਆਂ 'ਤੇ ਮਾਂਜਣ 'ਤੇ ਲੱਗਦਾ, ਜਾਂ ਲੇਬਰ ਇੱਟਾਂ ਉੱਟਾਂ ਚੱਕਣ 'ਤੇ ਲੱਗਦਾ, ਜਾਂ ਕਿਸੇ ਰੈਸਟੋਰੈਂਟ 'ਚ ਲੱਗਦਾ. ਇਹੀ ਚੀਜ਼ ਦੇਖਣਾ, ਉਹੀ ਚੀਜ਼ UK ਦੀ, ਕੈਨੇਡਾ ਦੀ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ, ਯੂਰਪ ਦੀ, ਇਟਸ ਅ ਸੇਮ ਸਟੋਰੀ, ਐਵਰੀ ਪੈਟਰਨ ਸੇਮ ਆ. ਐਂਡ ਸਾਡੇ ਪੰਜਾਬੀ ਲੋਕ ਇੱਥੇ ਆ ਕੇ, ਯੂ ਨੋ, ਦੇ ਸੇਮ ਇੰਨੀ ਸਟਰਗਲ ਕਰਦੇ ਆ, ਰਾਈਟ, ਟੈਕਸੀ ਚਲਾਉਂਦੇ ਆ, ਰੈਸਟੋਰੈਂਟਸ ਵਿੱਚ ਕੰਮ ਕਰਦੇ ਆ, ਇਟਸ ਐਂਡ ਅਸੀਂ ਉਹਨਾਂ ਦੀ ਸਟੋਰੀਜ਼, ਯੂ ਨੋ, ਵੀ ਹੀਅਰ ਦੈਮ, ਪੈਸੇ ਜੋੜ ਕੇ ਇੰਡੀਆ ਫਿਰ ਭੇਜਦੇ ਆ, ਐਂਡ ਦੇ ਲਿਵ ਔਨ, ਜਿਹੜੇ ਥੋੜ੍ਹੇ ਬਚਦੇ ਆ, ਯੂ ਨੋ, ਲਾਈਕ 5-6 ਜਣੇ, ਇੱਕ, ਯੂ ਨੋ, 2-3 ਬੈਡਰੂਮ. ਕੁਆਲਿਟੀ ਆਫ ਲਾਈਫ. ਬਟ ਇਹ ਗੱਲ ਇਜ਼ ਇੰਟਰਸਟਿੰਗ ਆ ਕਿ ਲੋਕ ਜਦ ਵਿਜ਼ਿਟ ਕਰਨ ਜਾਂਦੇ ਆ, ਲੈਟਸ ਸੇ ਬੈਕ ਹੋਮ ਟੂ ਇੰਡੀਆ, ਕੋਈ ਆਪਣੀ ਸੈਡ ਸਟੋਰੀ ਨਹੀਂ ਦੱਸਦਾ, ਰਾਈਟ? ਦੈਟਸ ਮਾਈ ਇੰਪ੍ਰੈਸ਼ਨ. ਬਟ ਲੋਕ, ਯੂ ਨੋ, ਆਈ ਐਮ ਨੋਟ ਇਨ ਦੈਟ ਸਿਚੁਏਸ਼ਨ, ਮੈਂ ਜੱਜ ਨਹੀਂ ਕਰ ਸਕਦੀ, ਬਟ ਕੋਈ ਇੱਦਾਂ ਨਹੀਂ ਕਹਿੰਦਾ ਕਿ ਉੱਥੇ ਇੱਦਾਂ ਆ, ਅਦਰਵਾਈਜ਼ ਲੋਕ ਸੋਚਦੇ ਆ ਕਿ, ਯੂ ਨੋ, ਉਹ ਚਾਹੁੰਦੇ ਕਿ ਮੈਂ ਨਾ ਜਾਵਾਂ ਉੱਥੇ ਅਮੈਰੀਕਨ ਨੂੰ, ਰਾਈਟ? ਦੈਟਸ ਦ ਸੋ ਯਾ ਦੈਟਸ ਦ ਪ੍ਰੋਬਲਮ. ਦੇਰ ਇਜ਼ ਅ ਜੋਕ ਅਬਾਊਟ ਦਿਸ. ਸੋ ਲਾਈਕ ਇੱਕ ਔਰਤ ਹੁੰਦੀ ਆ, ਉਹ ਇੱਥੇ ਅਮਰੀਕਾ ਆ ਕੇ ਪੱਕੀ ਹੋਈ ਹੁੰਦੀ ਆ. ਸੋ 10 ਸਾਲ ਪਹਿਲਾਂ ਇੰਡੀਆ ਤੋਂ ਆਈ ਆ, ਤਾਂ ਮੁੜ ਕੇ ਜਾਂਦੀ ਆ, ਤਾਂ ਉਹ ਪੁੱਛਦੇ ਵੀ ਬੀਬੀ ਤੂੰ ਤਾਂ ਬੜੀ ਹੁਣ ਰਿਚ ਹੋ ਗਈ, ਬੜਾ ਸੋਨਾ ਪਾਇਆ, ਬੜੇ ਸੂਟ ਪਾਏ, ਉਹ ਕੀ ਕਰਦੀ ਆ? ਜੀ ਉੱਥੇ ਸਾਡੇ ਜਹਾਜ਼ਾਂ ਦਾ ਕੰਮ ਚੱਲਦਾ, ਐਰੋਪਲੇਨ ਦਾ. ਬੰਦੇ ਕਹਿੰਦੇ ਬਾਈ ਬੀਬੀ ਤਾਂ ਬੜੀ ਤਰੱਕੀ ਕਰ ਗਈ, ਅਸੀਂ ਵੀ ਜਾਈਏ ਮਾੜੇ ਜਿਹਾ ਦੇਖੀਏ. ਬੀਬੀ ਚੱਲ ਜਾਂਦੀ, ਆ ਜਾਂਦੀ ਅਮਰੀਕਾ, ਹੋ ਕੇ ਬੰਦੇ ਦਾ ਕਿਤੇ ਵੀਜ਼ਾ ਲੱਗ ਜਾਂਦਾ. ਉਹ ਆਉਂਦਾ ਆ ਇੱਥੇ ਨਿਊਯਾਰਕ ਏਅਰਪੋਰਟ, ਤਾਂ ਕੀ ਦੇਖਦਾ ਕਿ ਬੀਬੀ ਝਾੜੂ ਮਾਰਨ ਡਈ ਆ.
ਸੋ ਝਾੜੂ ਮਾਰਨ ਦੇ ਹੀ ਉਹ ਕਹਿੰਦਾ ਬੀਬੀ ਤੂੰ ਤਾਂ ਕਹਿੰਦੀ ਸੀ ਤੇਰੇ ਜਹਾਜ਼ ਚੱਲਦੇ ਆ, ਕਹਿੰਦੀ ਲੈ ਘਰ ਦੇ ਕੰਮ ਦਾ ਵੀ ਕੋਈ ਮਿਹਣਾ ਹੁੰਦਾ ਸਰ, ਮਤਲਬ ਕਿ ਲੋਕ ਅਸੀਂ ਇੰਨਾ ਅਸੀਂ ਗੱਪ ਮਾਰਦੇ ਹਾਂ ਨਾ, ਔਰ ਗੱਪ ਹੀ ਕਹਿ ਸਕਦੇ ਬਿਲਕੁਲ ਬਿਲਕੁਲ। ਐਂਡ ਦੂਜੇ ਪਾਸੇ ਦੇਖੀਏ ਸ਼ਾਰਨ ਕਿ ਇਟ ਇਜ਼ ਡਿਗਨਿਟੀ ਆਫ ਲੇਬਰ ਵੀ ਇੱਥੇ ਹੀ ਸਿਖਾ ਰਹੇ ਹਾਂ ਸਾਨੂੰ, ਦਿਸ ਕਲਚਰ ਟੀਚਸ ਅਸ ਡਿਗਨਿਟੀ ਆਫ ਲੇਬਰ ਕਿ ਕੋਈ ਵੀ ਕੰਮ ਮਾੜਾ ਨਹੀਂ, ਬਟ ਉਹਨੂੰ ਛੁਪਾ ਕੇ ਅਸੀਂ ਜਿਹੜੀ ਡੀਂਗਾ ਮਾਰਨੀ ਉਹ ਜਿਹੜਾ ਹੈ ਨਾ, ਦੈਟ ਇਜ਼ ਕਾਈਂਡ ਆਫ ਯੂ ਰਾਈਟ ਆਈ ਥਿੰਕ ਦੇ ਦੈਟਸ ਵਾਟ ਇਜ਼ ਪੀਪਲ ਡੋਨਟ ਨੋ ਐਗਜ਼ੈਕਟ ਵਾਟ ਇਜ਼ ਗੋਇੰਗ ਔਨ ਹੇਅਰ। They just think American dream, or that's, you know, everybody knows about the American dream. Ithe aake you can make something out of yourself, everybody knows that, but jad je log kacche hain unali it's bahut struggle hard hai gaya, right? I think another reason might be ki kai jehde mainu dasde hain ki bahut zyada utthe de circumstances unna de even maade hain, yeah, so kehnde assi utthon ta nikle, yeah, so we'll explore more about it. Let me take a short break, tusi zarur call karo te Harjab ji nal Sharan nal gal karo.